कौन जीतूगा कौन मारूगा बाजी हुण पहले दसो एक क्वेश्चन है पहले मेरा ये हमको कहीं ना कहीं बीजेपी से रिलेट करते हैं कि नहीं करते पहले इनसे ये पूछो सर करते हो जी चंडीगढ़ जो भी होंगे मान लो एम पी आ गए जो भी है साडी रैली अज तक थानू कोई लीडर आउंदा दिखिया गा कोई भी लीडर इत्थे सुखबीर बादल आया होवे कांग्रेस का कोई उहदे च आया होवे एनएसयू दा आया होवे लड़ाई हुई बाहर कैंडीडेट लड़िया साढ़े कैंडीडेट नूं प्रूव कर देना अच्छ कॉलेज दे विच लड़िया होवे हुण बई आपां खड़े आ जैनूं आपां दूजे नूं एक दूजे नूं कोई नहीं जानदा थानूं पता मेरा नहीं नहीं एक मिनट थानूं पता मेरा बैकग्राउंड की है चाहे मैं लॉरेंस बिश्नोई दा भाई होवां कैंडीडेट बाहर लड़दे फिरदे आ बाहर जवाकां नूं कल्ले नूं कुटदे आ घेर के चलो चलो अंदर हाकियां ले के शौर्या भवन दे बाहर खड़दे उहनां दी बकायदा वीडियो कॉलेज दे विच हाकियां किहदे ले के जांदे मैं सिर्फ इह आ जिहड़ा लॉरेंस दा नाम दित्ता मैं इह दसणा चाहुंदा वी जे आपां दा जोड़ रहे आ ना नाम ਤੁਹਾਡਾ ਕੱਲ ਨੂੰ ਆਪਣੀ ਫੋਟੋ ਪਾ ਦਿੰਦੇ ਵੀ ਇਹਦਾ ਲਾਰੈਂਸ ਨਾਲ ਬੈਕਗ੍ਰਾਉਂਡ ਆ ਤੁਹਾਨੂੰ ਪਤਾ ਸੀ ਮੇਰੇ ਨਾਲ ਕੌਣ ਸੀ ਦੇਖੋ ਮੁੱਦਾ ਗਰਮ ਹੋ ਰਿਹਾ ਹੈ ਮੁੱਦਾ ਕਿਉਂਕਿ ਯੂਨੀਵਰਸਿਟੀ ਵਿੱਚ ਇਲੈਕਸ਼ਨ ਹੈ ਕੱਲ ਇਲੈਕਸ਼ਨ ਹੈ ਹੁਣ ਦੇਖੋ ਸਮਾਂ ਪੰਜਾਬ ਯੂਨੀਵਰਸਿਟੀ ਵਿੱਚ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਇਸ ਵਾਰ ਦੀਆਂ ਚੋਣਾਂ ਬਹੁਤ ਅਹਿਮ ਨੇ ਕਿਉਂਕਿ ਇਸ ਵਾਰ ਮੈਦਾਨ ਦੇ ਵਿੱਚ CYSS SOI ਜਿਹੜੀ ਤਮਾਮ ਜਿਹੜੀ ਪਾਰਟੀਆਂ ਨੇ ਉਹ ਇਸ ਵਕਤ ਮੈਦਾਨ ਦੇ ਵਿੱਚ ਖੜੀਆਂ ਨੇ ਜਿਹੜੇ ਕੈਂਡੀਡੇਟ ਨੇ ਉਹ ਹੁਣ ਵੋਟਰਸ ਨੂੰ ਖਣੋਰ ਰਹੇ ਨੇ ਤਾਂ ਜੋ ਵੋਟ ਹਾਸਲ ਕਰ ਸਕਣ ਇਸ ਵਕਤ ਤੁਸੀਂ ਦੇਖ ਸਕਦੇ ਤੁਸੀਂ ਇੱਕ ਪਾਸੇ SOI ਦੇ ਕੈਂਡੀਡੇਟ ਨੇ ਦੂਸਰੇ ਪਾਸੇ HPSU HSA ਅਤੇ ਦੂਸਰੇ ਪਾਸੇ NSUI ਦੇ ਇਹ ਪਾਰਟੀ ਵਰਕਰਸ ਨੇ ਅਤੇ ਗੱਲਬਾਤ ਕਰਾਂਗੇ ਇਸ ਵਾਰ ਦੇ ਚੋਣਾਂ ਦੇ ਵਿੱਚ ਕੀ ਕੁਝ ਖਾਸ ਹੋਣ ਵਾਲਾ ਹੈ ਕਿਹਨਾਂ ਮੁੱਦਿਆਂ ਤੋਂ ਲੈ ਕੇ ਇਸ ਵਾਰ ਵੋਟਾਂ ਮੰਗੀ ਜਾ ਰਹੀ ਪਹਿਲਾਂ ਤਾਂ ਗੱਲ ਕਰਦੇ ਹਾਂ HSA ਕਿਆ ਨਾਮ ਹੈ ਭਾਅ ਜੀ ਰੂਬਲ ਸੰਧੂ ਫੋਰਮਰ ਵਾਈਸ ਪ੍ਰੈਜ਼ੀਡੈਂਟ DAV ਕਾਲਜ ਰੂਬਲ ਇਸ ਵਾਰ ਦੀਆਂ ਚੋਣਾਂ ਕਿੰਨੀਆਂ ਅਹਿਮ ਨੇ ਅਤੇ ਕੀ ਕੁਛ ਰਹਿਣ ਵਾਲਾ ਇਸ ਵਾਰ ਪਹਿਲੇ ਤਾਂ ਮੈਂ ਆਪਕਾ ਧੰਨਵਾਦ ਕਰਤਾ ਹੂੰ ਕਿ ਆਪ ਮੇਰੀ ਆਵਾਜ਼ ਕੋ ਮੌਕਾ ਦੇ ਰਹੇ ਹੋ ਔਰ ਮੈਂ ਸਭੀ ਤੱਕ ਆਪਣੀ ਆਵਾਜ਼ ਪਹੁੰਚਾ ਪਾ ਰਹਾ ਹੂੰ ਹਮਾਰਾ ਮੁੱਦਾ ਇੱਕ ਹੀ ਹੈ ਸਟੂਡੈਂਟ ਵੈਲਫੇਅਰ ਇਸ ਕੇ ਇਲਾਵਾ ਕੋਈ ਔਰ ਮੁੱਦਾ ਨਹੀਂ ਹੈ ਪਿਛਲੇ ਕਾਫੀ ਟਾਈਮ ਸੇ ਇਲੈਕਸ਼ਨ ਜਿੱਤਤੇ ਵੀ ਆ ਰਹੇ ਹੈ 2013 ਕੇ ਬਾਅਦ ਸਿਰਫ ਦੋ ਬਾਰ ਪ੍ਰੈਜ਼ੀਡੈਂਟ ਕਾ ਇਲੈਕਸ਼ਨ ਹਾਰੇ ਹੈ ਔਰ ਟੋਟਲ 7 ਬਾਰ ਕਾਉਂਸਿਲ ਮੇ ਵੀ ਆਏ ਹੈ ਔਰ ਕਾਮ ਵੀ ਕਰਾਏ ਹੈ ਪਿਛਲੀ ਕੰਟੀਨਿਊ ਦੋ ਬਾਰ ਹਮ ਜਿੱਤ ਚੁੱਕੇ ਹੈ ਇਸ ਬਾਰ ਹੈਟ੍ਰਿਕ ਪੇ ਵੀ ਹੈ ਔਰ ਮੁੱਦਾ ਇੱਕ ਹੀ ਹੈ ਸਟੂਡੈਂਟ ਵੈਲਫੇਅਰ ਉਸੀ ਪੇ ਖੜੇ ਹੈ ਔਰ ਉਸੀ ਪੇ ਖੜੇ ਰਹਿਣਗੇ ਇਹ ਹਮਾਰੀ ਐਸੋਸੀਏਸ਼ਨ ਕਾ ਮੇਨ ਏਜੰਡਾ ਹੈ ਸਟੂਡੈਂਟ ਵੈਲਫੇਅਰ ਦੀ ਗੱਲ ਕੀਤੀ ਹੈ ਸਟੂਡੈਂਟ ਦੇ ਮੁੱਦਿਆਂ ਦੀ ਗੱਲ ਕੀਤੀ ਹੈ NSUI ਵੱਲੋਂ ਕੀ ਕੁਛ ਇਸ ਵਾਰ ਰਹਿਣ ਵਾਲਾ ਹੈ ਕਿਉਂਕਿ ਇਹ ਕਹਿੰਦੇ ਸਾਡੇ ਕਈ ਮੁੱਦੇ ਨੇ ਤਾਂ NSUI ਵੱਲੋਂ ਕਿਹੜੇ ਮੁੱਦੇ ਰਹਿਣਗੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਅਤੇ NSUI ਪਾਰਟੀ ਇਸ ਵਾਰ ਫਸਟ ਟਾਈਮ ਪ੍ਰੈਜ਼ੀਡੈਂਟ ਸੀਟ ਇਲੈਕਸ਼ਨ ਲੜ ਰਹੀ ਹੈ ਅਤੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਤੱਕ ਇਹ ਪਾਰਟੀ ਕਦੇ ਹੋਰ ਕਾਲਜਿਸ 'ਚ ਇਲਾਵਾ ਔਰ ਡੀ ਵਿੱਚ ਪਹਿਲੀ ਵਾਰ ਆਈ ਹੈ ਅਤੇ ਐਤਕੀ ਵੀਰੇ ਪੂਰੇ ਤਿਆਰੀ ਨਾਲ ਆਏ ਹਾਂ ਜਿੱਤ ਹਾਰ ਦਾ ਕੋਈ ਫਿਕਰ ਨਹੀਂ ਹੈ ਪਰਮਾਤਮਾ ਦੀ ਮਿਹਰ ਹੋਊਗੀ ਤਾਂ ਜਿੱਤਾਂਗੇ ਬਾਕੀ ਕੰਮ ਕਰਾਉਣ ਵਾਲੇ ਜਿਹੜੇ ਸੀਗੇ ਉਹ ਆਪਾਂ ਕਰਾਵਾਂਗੇ ਜੋ ਮੁੱਦੇ ਹੈਗੇ ਹੈ ਉਹ ਆਪਾਂ ਉਹਨਾਂ ਦੇ ਸਟੈਂਡ ਲਿਆ ਹੋਇਆ ਚਾਹੇ ਉਹ ਵਾਈਫਾਈ ਦਾ ਮੁੱਦਾ ਹੋਵੇ ਚਾਹੇ ਉਹ ਕੰਟੀਨ ਦੇ ਰੇਟਸ ਹੋਵੇ ਚਾਹੇ ਉਹ ਗੱਲ ਹੋਵੇ ਮੈਂਸਟਰਲ ਲੀਵ ਦੀ ਚਾਹੇ ਉਹ ਗੱਲ ਹੋਵੇ ਈਵਟੀਜ਼ਿੰਗ ਦੀ ਹਰੇਕ ਮੁੱਦੇ 'ਤੇ NSUI ਬੋਲਦੀ ਆਈ ਹੈ ਅੱਛਾ ਪਿਛਲੀ ਵਾਰ ਚੋਣਾਂ ਦੇ ਵਿੱਚ CYSS ਨੇ ਵੱਡੀ ਵੋਟਾਂ ਲੈ ਕੇ ਗਈ ਮੰਨਦੇ ਹੋ ਕਿਤੇ ਕਿਤੇ CYSS ਵੀ ਇਸ ਵਾਰ ਮੁਕਾਬਲਾ ਰਹਿ ਸਕਦਾ ਹੈ ਕਾਫੀ ਟੱਕਰ ਦਾ ਕਿਉਂਕਿ ਸੈਂਟਰ ਦੇ ਵਿੱਚ ਉਹਨਾਂ ਦੇ ਵਿੱਚ ਜਿਹਨੂੰ ਪੰਜਾਬ ਦੀ ਸਰਕਾਰ ਹੈ ਕਿਤੇ ਨਾ ਕਿਤੇ ਪੇਜ ਫਸ ਸਕਦੇ ਇਸ ਵਾਰ देखिए पंजाब यूनिवर्सिटी में CYSS की काउंसिल आई थी DAV कॉलेज में तो CYSS की कोई ऐसी खास टीम नहीं है तो यहाँ तो वो काम भी नहीं कर रहे हाँ वहाँ काउंसिल में आए भी थे अभी देखते हैं अब उनके मंत्री MLA तो वहाँ आए हुए हैं तो लेकिन वहाँ भी हमारा एक ही एजेंडा है जब यूनिवर्सिटी स्टूडेंट्स की है
मुद्दे स्टूडेंट के हैं, काउंसिल स्टूडेंट की बनती है, प्रॉब्लम स्टूडेंट्स को होती है, तो काउंसिल में भी स्टूडेंट्स होने चाहिए, किसी मंत्री एमएलए की वहाँ पर ज़रूरत नहीं है। और यहाँ कहीं ना कहीं मैं सभी स्टूडेंट्स को भी बताना चाहूँगा कि जो जितनी भी पॉलिटिकल पार्टीज़ है वो कहीं ना कहीं अपनी आइडियोलॉजी आपके ऊपर थोपने का काम करती हैं, अभी से आपको अपनी आइडियोलॉजी में कन्वेंस कर लेती हैं ताकि आप आगे तक उनको सपोर्ट करो। इस चीज़ को अवॉइड करो। स्टूडेंट्स लाइफ में हम अभी स्टूडेंट की उसमें चल रहे हैं, हमारा मेन फोकस अपनी पढ़ाई पे, अपने फ्यूचर पे होना चाहिए। और स्टूडेंट्स स्टूडेंट पार्टीज़ हैं उनको आप सपोर्ट करो, पॉलिटिकल पार्टीज़ की क्या ज़रूरत है किसी भी कैंपस में। SOI दे क्या मुद्दे रहेंगे इस बार? SOI दे बहुत ही नवे मुद्दे जेडे साडे प्रेजिडेंट ने जशनप्रीत सिंह जी वो बहुत ही लंबी विजन नाल इस बार चोन मैदान दे विच उतरे ने। ते सब तो बड़ा मुद्दा जेडा SOI इस बार मैदान दे विच लेके उतरी है वो है प्लेसमेंट सिस्टम। जेडा प्लेसमेंट सिस्टम अपने बड़ी बड़ी स्टेटा दे विच लागू किया जाता है, बड़ी बड़ी यूनिवर्सिटियां दे विच लागू किया जाता है, वो साडी कोशिश है भी असी इस बार काउंसल दे विच आके ते SOI DAV दे विच एक वधिया प्लेसमेंट सिस्टम लैके आवे ताकि बच्चों की ग्रैजुएशन ते मास्टर कंप्लीट होने तो बाद उरों ही उन्हां दी जिहड़ी है जॉब्स ने वो प्लेसमेंट के थ्रू लगियां जाण। ते होर बहुत ही मुद्दे ने जिहड़े SOI इस बार लेके आई है, छोटे छोटे काम भी बहुत पेंडिंग ने, जिहड़ियां पार्टियां कहिंदियां ने भी असीं 6-7 वार जितते आ जां काउंसल दे विच आए हैं, तो उन्होंने असी एक गल पुछनी चाहवांगे भी 6 बार जितन तो बाद हले भी थोड़े कोल 20 पॉइंटा दा जिहड़ा मैनीफेस्टो है वो क्यों तैयार है, तुसी 6 साल दे विच इहजे किहड़े काम सी जिहड़े थोड़े तो 6 साल दे विच नहीं करवाए गए ते हले भी थोड़े कोल एक 20 पॉइंटा दा मैनीफेस्टो है, तो असी बच्चों नूं यही SOI वल्लों अपील करदे आं ते विश्वास दवाना चाहते हैं भी जिहड़ी पार्टियां ने 6 साल दे विच भी 20 पॉइंटा दा मैनीफेस्टो नहीं कंप्लीट किया वो SOI 1 साल दे विच कंप्लीट करके दिखावेगी, तो जिहड़े बच्चों ने साडे ते विश्वास जताया उन्होंने विश्वास के उपर SOI ते साडे प्रेजिडेंट जशनप्रीत सिंह खरे उतरनगे। रुबल SOI कह रही है भी असं अपने मुद्दों पर खड़ांगे पूरा करके दिखावांगे, थोड़ा नहीं लगता SOI कितना स्टैंड ले सकते? ये जितने भी इन्होंने मुद्दे बताए प्लेसमेंट सेल के, ये अगर क्लास में जाके स्टूडेंट्स को बताते कि हम प्लेसमेंट सेल पे या जितना भी इनका मैनिफेस्टो हम ये काम करेंगे तो शायद इनके साथ लोग जुड़ते, लेकिन इन्होंने कोई मुद्दे नहीं बताए स्टूडेंट्स को, कोई एक भी ये काम नहीं बताया कि ये हम काम कराएंगे, इन्होंने सिर्फ डिफेमिंग करी है। इन्होंने क्लासेज में जाके सिर्फ ये कहा है कि भाई HSC ने ये नहीं कराया, HSC ने वो नहीं कराया। परसों मैं इनके प्रेजिडेंशियल कैंडिडेट का इंटरव्यू देख रहा था, उसमें वो बोल रहे थे कि भाई मेरे को कहीं ना कहीं उनकी सोशल मीडिया पे गैंगस्टर्स के साथ वीडियो वायरल हो रही है, जो कि उन्होंने अपने प्रोफाइल पे भी डाली थी, अब हटा दी है। तो वो कह रहे हैं कि भाई मेरा गैंगस्टर के साथ कोई रिलेशन नहीं है, मेरी पर्सनल लाइफ है, इलेक्शन के बाहर भी मेरी एक पर्सनल लाइफ है, उसको नहीं छेड़ा जाना चाहिए। हम भी इसके हक में है। लिंक्डो कमेटी का रूल है 6.7.2 जिसमें बोला जाता है कोई भी कैंडिडेट हो उसके पास्ट से रिलेटेड और उसको डिफेम नहीं करना चाहिए वोटों के लिए, क्योंकि इसके बाद लाइव भी है। परसों तो उन्होंने यही बोला, कल वो खुद कॉलेज के बाहर जो हमारे प्रेजिडेंशियल कैंडिडेट साहिल उनकी फ़ोटो ले गए, क्लास क्लास में घूमे हैं, ये उनकी ये है, तो यहीं से उनका डबल फेस दिख रहा है, जहाँ कि वो मैनिपुलेट कर रहे हैं स्टूडेंट्स को, झूठ बोल रहे हैं, हर क्लास में चार्ट लेके जा रहे हैं, वो खुद दूसरे ओपोनेंट की यहाँ पर डिफेमिंग कर रहे हैं, तो वो स्टूडेंट वेलफेयर कहाँ से करेंगे? कहीं ना कहीं आपको मैनिपुलेट कर रहे हैं, इस चीज़ से आप बच के रहना। और जो बोल रहे हैं कि भाई स्टूडेंट काउंसिल ने काम नहीं कराया, 6 साल काउंसिल में भी रहे हैं, मैं आपको बता देना चाहता हूँ जब से हम काउंसिल में भी आए हैं 6-7 बार, 3 तो हमारे सामने प्रिंसिपल चेंज हो चुके हैं, प्रिंसिपल से नहीं वो मुद्दे सोल्व हो पाए। लेकिन मैं बोलता हूँ स्टूडेंट काउंसिल का एक काम होता है, आप मेमोरेंडम दो, एप्लीकेशन रखो, अगर जो जेन्युइन इशू है उसके लिए प्रोटेस्ट करो, हमने करे भी है, हमको तो प्रोटेस्ट वाली काउंसिल बोला जाता है, इतने सारे प्रोटेस्ट किए हैं पिछले साल, आप एक बार देखो तो सही, सोशल मीडिया का जमाना है, HSC DAV ऑफिशियल नाम से पेज है, उस पर जाके आप ये देखना कितनी सारी एप्लीकेशन दी हैं और कितने सारे काम करवाए हैं और कितनी सारी स्ट्राइक्स करी हैं। एक वड्डा जिनका ब्लेम है, एक गल सवाल उठ रहा है भी गैंगस्टर का नाम दिता गया इस चीज़ के पीछे, असी सारे बच्चों को यही पूछना चाहवांगे भी जिहड़ा गैंगस्टर है वह गैंगस्टर किनू कहा जाता है? एक जिहड़ा आरोपी हुंदा है उहदे ते जद तक DDR फाइल नहीं हुंदी, FR फाइल नहीं हुंदी, FIR, ते उस तो बाद उहदे उत्ते 3 तो 4 जद केस दर्ज हुंदे ने उस दोषी नूं गैंगस्टर करार दिता जांदा है। ते जिहड़े जिन्हां दी भी इह गल कर रहे ने भी साडे जिहड़े प्रेजिडेंट ने जशनप्रीत सिंह उहनां दे नाल कोई गैंगस्टरां दे संवाद ने, असी सारे बच्चों नूं यही दसना चाहवांगे भी जिहड़े उहनां दे जिहड़ी हिस्टरी आ उह कढ के देखो, उह हरियाणा साइड तों इक पोलीटिशियन एज़ अ बिलोंग करदे ने, ते अज दी डेट दे विच जे अज दी गल कीती जावे उहनां ते इक वी केस फाइल नहीं है,
ਠੀਕ ਹੈ ਜੇ ਪੁਰਾਣਾ ਕੋਈ ਇੱਕ ਅੱਧਾ ਕੇਸ ਤੁਸੀਂ ਕਹਿ ਕੇ ਦਿਖਾ ਦਿਓ ਵੀ ਹਾਂ ਇੱਕ ਅੱਧਾ ਕੇਸ ਸੀਗਾ ਅਤੇ ਉਹ ਤੋਂ ਬਾਅਦ ਉਹਨਾਂ ਨੂੰ ਆਪਾਂ ਗੈਂਗਸਟਰ ਕਰਾਰ ਕਰ ਦਈਏ ਅਤੇ ਉਹ ਇੱਕ ਅੱਧੇ ਕੇਸ ਨਾਲ ਕੋਈ ਗੈਂਗਸਟਰ ਕਰਾਰ ਨਹੀਂ ਹੁੰਦਾ ਬਹੁਤ ਪਾਰਟੀਆਂ ਦੀ ਹਿਸਟਰੀ ਹੈ ਜਿਨ੍ਹਾਂ ਦੇ ਪੁਰਾਣੇ ਪੁਰਾਣੇ ਆਰੋਪੀ ਜਿਹੜੇ ਪੁਰਾਣੇ ਪੁਰਾਣੇ ਕੇਸਾਂ ਦੇ ਮੁਆਦਵਾਰ ਨੇ ਉਹ ਉਰੇ ਆਪਣੇ ਕਾਲਜ ਦੀਆਂ ਪਾਰਟੀਆਂ ਚਲਾਉਂਦੇ ਨੇ ਅਤੇ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਇੱਕ ਅੱਧੇ ਕੇਸ ਨਾਲ ਕੋਈ ਗੈਂਗਸਟਰ ਨਹੀਂ ਬਣਦਾ ਜਦ ਅਨੇਕ ਕੇਸ ਇੱਕ ਬੰਦੇ ਦੇ ਦਰਜ ਹੁੰਦੇ ਨੇ ਉਹਨੂੰ ਗੈਂਗਸਟਰ ਕਰਾਰ ਦਿੱਤਾ ਜਾਂਦਾ ਤਾਂ ਸਾਡੀ ਪਾਰਟੀ ਦੇ ਆਰੋਪ ਨਾ ਲਗਾਇਆ ਜਾਵੇ ਕਿ ਹਾਂ ਅਸੀਂ ਗੈਂਗਸਟਰਾਂ ਨੂੰ ਕਾਲਜ ਦੇ ਵਿੱਚ ਲੈ ਕੇ ਆਏ ਹਾਂ ਅਤੇ ਉਹ ਆਪਣੇ ਕਿਸੇ ਭਾਈ ਦੀ ਐਡਮਿਸ਼ਨ ਦੇ ਵਾਸਤੇ ਆਏ ਸੀ ਉਹਨਾਂ ਨਾਲ ਉਹਨਾਂ ਦੇ ਮਾੜੇ ਮੋਟੇ ਕੋਈ ਸੰਬੰਧ ਸੀਗੇ ਪੁਰਾਣੇ ਜਾਣਦੇ ਸੀ ਉਹ ਉੱਥੇ ਉਹਨਾਂ ਨੂੰ ਮਿਲ ਗਏ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਪਰਸਨਲ ਰਿਲੇਸ਼ਨ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਅਸੀਂ ਉਰੇ ਕਿਸੇ ਬੱਚਿਆਂ ਨੂੰ ਡਰਾਉਣ ਨਹੀਂ ਆਏ ਅਤੇ ਉਹਨਾਂ ਨੂੰ ਕੁਝ ਕਹਿਣ ਨਹੀਂ ਆਏ ਅਤੇ ਉਹਨਾਂ ਦੇ ਉੱਪਰ ਜੇ ਕੋਈ ਮੈਨੂੰ ਇੱਕ ਅੱਧੇ ਕੇਸ ਤੋਂ ਜ਼ਿਆਦਾ ਵੈਸੇ ਉਹਨਾਂ ਦੇ ਅੱਜ ਦੇ ਟਾਈਮ 'ਤੇ ਕੋਈ ਕੇਸ ਨਹੀਂ ਹੈ ਜੇ ਤੁਸੀਂ ਦਿਖਾ ਦਿਓ ਤਾਂ ਅਸੀਂ ਕਹਿ ਦਾਂਗੇ ਵੀ ਹਾਂਜੀ ਉਹ ਕਿਉਂ ਗੈਂਗਸਟਰ ਸੀ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਇੱਕ ਚੀਜ਼ ਇਨਕੇ ਲਈ ਇੱਕ ਦੋ ਕੇਸ ਬੜਾ ਨਹੀਂ ਹੋਗਾ ਲੇਕਿਨ ਇੱਕ ਕੇਸ ਵੀ ਇੱਕ ਐਪਲੀਕੇਸ਼ਨ ਵੀ ਕਾਲਜ ਕੇ ਅੰਦਰ ਅਗਰ ਆਪਕੇ ਖਿਲਾਫ ਦੀ ਜਾਏ ਕਿ ਭਾਈ ਇਹ ਮਿਸਬਿਹੇਵ ਕਰ ਰਹਾ ਥਾ ਵੋ ਵੀ ਬਹੁਤ ਬੜੀ ਚੀਜ਼ ਹੋਤੀ ਹੈ ਮੈਂ ਬੋਲਤਾ ਹੂੰ ਮੈਂ ਪਿਛਲੇ ਸਾਲ ਕਾਉਂਸਿਲ ਮੇਂ ਥਾ ਅਬਕੀ ਬਾਰ ਹਮਾਰੇ ਕੈਂਡੀਡੇਟ ਹੈ ਉਨਕੇ ਖਿਲਾਫ ਤੋ ਕੋਈ ਕੇਸ ਨਹੀਂ ਹੈ ਇਨਕੇ ਲਈ ਤੋ ਇੱਕ ਦੋ ਕੇਸ ਬਹੁਤ ਛੋਟੀ ਸੀ ਚੀਜ਼ ਲੱਗ ਰਹੀ ਹੈ ਜੈਸੇ ਬੋਲ ਰਿਹਾ ਕਿ ਇੱਕ ਦੋ ਕੇਸ ਸੇ ਕੋਈ ਗੈਂਗਸਟਰ ਨਹੀਂ ਬਣਤਾ ਦੂਸਰੀ ਚੀਜ਼ ਇਹ ਬੋਲ ਰਿਹਾ ਕਿ ਭਾਈ ਉਹ ਪੋਲੀਟੀਸ਼ੀਅਨ ਹੈ ਪੋਲੀਟੀਸ਼ੀਅਨ ਕੀ ਪ੍ਰੋਫਾਈਲ ਖੋਲਣਾ ਹੁਆ ਕਿਤਨੇ ਬੜੇ ਬੜੇ ਹਥਿਆਰ ਦਿਖਤੇ ਹੈ ਸਾਈਡ ਮੇਂ ਹਥਿਆਰ ਵੀ ਹੈ ਅਬ ਦੇਖਣਾ ਜ਼ਰੂਰ ਪ੍ਰੋਫਾਈਲ ਫਿਰ ਦੇਖਣਾ ਕਿ ਭਾਈ ਅਗਰ ਉਹ ਪੋਲੀਟੀਸ਼ੀਅਨ ਐਸੇ ਹੈ ਤੋ ਇਨਕੇ ਕੈਂਡੀਡੇਟ ਜੋ ਪੋਲੀਟੀਸ਼ੀਅਨ ਬਾਇਓ ਮੇਂ ਵੀ ਲਿਖੇ ਹੋਏ ਆ ਵੋ ਪੋਲੀਟੀਸ਼ੀਅਨ ਕੈਸੇ ਹੋਂਗੇ ਜੋ ਕਾਲਜ ਕਾ ਲੀਡਰ ਬਣੇਗਾ ਵੋ ਵੀ ਪੋਲੀਟੀਸ਼ੀਅਨ ਹੈ ਵੋ ਵੀ ਉਨ ਜੈਸਾ ਪੋਲੀਟੀਸ਼ੀਅਨ ਬਣ ਗਿਆ ਤੋ ਕੱਲ ਕੋ ਸਟੂਡੈਂਟ ਵੈਲਫੇਅਰ ਕਹਾਂ ਜਾਏਗੀ ਕੋਈ ਨੋਰਮਲ ਕੇਸ ਦਰਜ ਹੋਣ ਦੇ ਨਾਲ ਬਹੁਤ ਇੰਡੀਆ ਦੇ ਵਿੱਚ ਜਿਹੜੇ ਨੇ ਕਾਨੂੰਨ ਲਾਗੂ ਕੀਤੇ ਜਾਂਦੇ ਨੇ ਅਸੀਂ ਇਹ ਨਹੀਂ ਕਹਿ ਰਹੇ ਵੀ ਉਹਨਾਂ 'ਤੇ ਕੋਈ ਡੇਂਜਰਸ ਕੇਸ ਦਰਜ ਨੇ ਕੋਈ ਨੋਰਮਲ ਕੋਈ FIR ਵੀ ਦਰਜ ਹੁੰਦੀ ਹੈ ਜਾਂ DDR ਵੀ ਦਰਜ ਹੁੰਦੀ ਹੈ ਆਪਾਂ ਉਹਨੂੰ ਗੈਂਗਸਟਰ ਨਹੀਂ ਕਹਿ ਸਕਦੇ ਕਈ ਵਾਰ ਝੂਠੇ ਇਲਜ਼ਾਮਾਂ ਦੇ ਨਾਲ ਵੀ ਕੇਸ ਦਰਜ ਕੀਤੇ ਜਾਂਦੇ ਨੇ NSC ਵਾਲੇ ਵੀ ਬੋਲਣਾ ਚਾਹੁੰਦੇ ਇਸ ਮੁੱਦੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਵੀਰ ਇਹੀ ਕਹਿਣਾ ਆਪਾਂ ਨੂੰ 15 ਮਿੰਟ ਹੋ ਕੇ ਡਿਸਕਸ਼ਨ ਕਰਦੇ ਨੂੰ ਆਪਾਂ ਮੁੱਦਿਆਂ ਤੱਕ ਤਾਂ ਆਏ ਹੀ ਨਹੀਂ ਨਾ ਆਪਣੀ ਗੱਲ ਹੋਈ ਕੋਈ ਪਲੇਸਮੈਂਟਸ ਦੀ ਲੋਕੀ ਵੀਰੇ ਚੰਦ ਤੱਕ ਪਹੁੰਚ ਗਏ ਨੇ ਪਰ ਆਪਣੇ ਕਾਲਜ ਅੱਜ ਵੀ ਨੈਟਵਰਕ ਇਸ਼ੂਜ਼ ਹੈ ਅੱਜ ਵੀ ਵਾਈਫਾਈ ਦੀ ਪ੍ਰੋਬਲਮ ਆਉਂਦੀ ਹੈ ਆਹ ਮੁੱਦੇ ਦੀ ਗੱਲ ਹੀ ਨਹੀਂ ਕਰ ਰਿਹਾ ਕੋਈ NSC ਮੁੱਦੇ ਰੱਖਦਾ ਬਿਲਕੁਲ ਮੈਂ ਦੱਸਦਾ ਇਹ ਗੱਲ ਕੀ ਕਰ ਰਹੇ ਹੈ ਇੱਕ ਦੂਜੇ ਡੀਫੇਮ ਕਰਨ ਲੱਗ ਰਹੇ ਹੈ ਆਪਣੀ ਚਾਬੀ ਚਮਕਾ ਰਹੇ ਨੇ ਉਹ ਕਹਿੰਦੇ ਅਸੀਂ ਹੈ ਉਹ ਕਹਿੰਦੇ ਅਸੀਂ ਹੈ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ ਇੱਕ ਦੂਜੇ ਦੀ ਗੱਲਾਂ ਕੱਢ ਰਹੇ ਨੇ ਜੋ ਕਿ ਮੈਂ ਮੰਨਦਾ ਉਹ ਰਾਜਨੀਤੀ ਲਈ ਬਹੁਤ ਗਲਤ ਹੈ ਆਪਾਂ ਗੱਲ ਉਰੇ ਖੜੇ ਹਾਂ ਤਾਂ ਇੱਕ ਸਟੂਡੈਂਟ ਵੈਲਫੇਅਰ ਦੀ ਗੱਲ ਕਰੀਏ ਬੱਚਿਆਂ ਦੇ ਹੱਕਾਂ ਦੀ ਗੱਲ ਕਰੀਏ ਕੋਈ ਨਹੀਂ ਗੱਲ ਕਰਦਾ ਮੈਂਸਟਰਲ ਲੀਵ ਬਾਰੇ ਕੋਈ ਨਹੀਂ ਗੱਲ ਕਰਦਾ ਈਵ ਟੀਜ਼ਿੰਗ ਬਾਰੇ ਇਹ ਮੁੱਦੇ ਨੇ ਭਾਜੀ ਇਹ ਮੁੱਦੇ 'ਤੇ ਕੌਣ ਗੱਲ ਕਰੇਗਾ ਆਪਾਂ ਉਰੀ ਤੱਕ ਨਾ ਫਸ ਕੇ ਰਹਿ ਜਾਈਏ ਗੈਂਗਸਟਰ ਇਹ ਵੋ ਆ ਬਹੁਤ ਵੱਡੇ ਮੁੱਦੇ ਨੇ ਹਾਲਾਂਕਿ ਪਰ ਆਪਾਂ ਇਸ ਤੋਂ ਉੱਪਰ ਸੋਚ ਨਹੀਂ ਪਾ ਰਹੇ ਆਪਣੇ ਕਾਲਜ ਦਾ ਵਿਕਾਸ ਨਹੀਂ ਹੋ ਰਿਹਾ ਆਪਣੀ ਡਿਵੈਲਪਮੈਂਟ ਕਿੱਥੇ ਆ ਕੇ ਰੁਕ ਚੁੱਕੀ ਹੈ ਆਪਣੇ ਪਿੱਛੇ ਮੈਂ ਕਹਿੰਦਾ ਵੀ ਆਪਣੇ ਕੋਈ ਪਲੇਸਮੈਂਟਸ ਨਹੀਂ ਵੀਰ ਚੰਗੀ ਕੋਈ ਆਪਣੀ ਸੋਸ਼ਲ ਗਰੋਥ ਨਹੀਂ ਹੋਈ ਕੋਈ ਸੈਮੀਨਾਰ ਨਹੀਂ ਲੱਗਦੇ ਕਾਲਜ 'ਚ ਕਾਲਜ ਦਾ ਇਨਫਰਾਸਟ੍ਰਕਚਰ ਇੰਨਾ ਕੁ ਮਾੜਾ ਹੈ ਵੀ ਤੁਸੀਂ ਲਾਓ ਵੀ ਇੱਕ ਗਵਰਨਮੈਂਟ ਕਾਲਜ ਵੀ ਇਹ ਤੋਂ ਬਹੁਤ ਵਧੀਆ ਹੈ ਆਪਣਾ ਹਾਲਾਂਕਿ ਪ੍ਰਾਈਵੇਟ ਹੈ ਫੰਡਸ ਵੀ ਆਉਂਦੇ ਨੇ ਪਰ ਆਪਣਾ ਫਿਰ ਵੀ ਬਹੁਤ ਪਿੱਛੇ ਹੈ ਮੈਂ ਮੰਨਦਾ ਵੀ ਆਪਣਾ ਕਾਲਜ ਜਿਹੜਾ DAV ਕਾਲਜ ਸੈਕਟਰ 10 ਚੰਡੀਗੜ੍ਹ ਹੈ ਇਹ ਇੱਕ ਵੈਂਟੀਲੇਟਰ 'ਤੇ ਪਿਆ ਅਤੇ ਜਦ ਤੱਕ ਇੱਕ ਅੱਛਾ ਕਾਉਂਸਲ ਚਾਹੇ ਉਹ NSC ਆਈ ਹੈ ਜਦ ਤੱਕ ਇੱਕ ਅੱਛੀ ਕਾਉਂਸਲ ਉਰੇ ਨਹੀਂ ਆਉਂਦੀ ਤਦ ਤੱਕ ਇਸ ਕਾਲਜ ਦਾ ਗਰੋਥ ਨਹੀਂ ਹੋਣਾ ਇਹ ਦੋਨਾਂ ਪਾਰਟੀਜ਼ ਨੇ ਆਪਸ 'ਚ ਹੀ ਉਹ ਗੈਂਗਸਟਰ ਹੈ ਉਹ ਐਂ ਇਹਨਾਂ ਨੇ ਉਰੇ ਤੱਕ ਸੀਮਤ ਰਹਿ ਜਾਣਾ ਪਰ ਗੱਲ ਸਟੂਡੈਂਟ ਦੇ ਹੱਕਾਂ ਦੀ ਉਰੇ ਕਿਸੇ ਨੇ ਨਹੀਂ ਕਰਨੀ ਚਲੋ ਹੋਰ ਸਟੂਡੈਂਟਸ ਵੀ ਇੱਥੇ ਨਾਲ ਖੜੇ ਇੱਕ ਵਾਰੀ ਉਹਨਾਂ ਤੋਂ ਪੁੱਛ ਲੈਂਦੇ ਹਾਂ ਕੀ ਕੁਛ ਲੱਗ ਰਿਹਾ ਕਿਹੜੀ ਪਾਰਟੀ ਇਸ ਵਾਰ ਮੱਲਾਂ ਮਾਰ ਕੇ ਜਾਊਗੀ ਕਿਹੜੀ ਪਾਰਟੀ ਲੱਗਦਾ ਜਿੱਤੀ ਹੋਊਗੀ ਸੋਈ ਜਿੱਤੂਗੀ ਜੀ ਜ਼ਰੂਰ SOI ਹਾਂਜੀ ਅੱਛਾ ਤੁਹਾਡਾ ਕੀ ਕਹਿਣਾ ਬਾਈ ਕਿਉਂਕਿ ਕੱਲ੍ਹ ਇਲੈਕਸ਼ਨ ਹੈ SOI ਅਤੇ ਬਾਕੀ ਕਿਉਂਕਿ ਕੈਂਡੀਡੇਟ ਵੀ ਸਾਰੇ ਖੜੇ ਨੇ ਕੀ ਲੱਗਦਾ ਕਿਉਂਕਿ ਕਿਹੜੇ ਮੁੱਦਿਆਂ ਨਾਲ ਲੱਗਦਾ ਵੀ ਸਟੂਡੈਂਟ ਨੂੰ ਆਹ ਮੁੱਦਾ ਜ਼ਰੂਰੀ ਹੈ ਵੀ ਪਾਰਟੀ ਇੱਥੇ ਕੈਂਡੀਡੇਟਸ ਵੀ ਖੜੇ ਨੇ ਜਾਂ ਪਾਰਟੀ ਮੈਂਬਰਸ ਵੀ ਖੜੇ ਨੇ ਕੀ ਲੱਗਦਾ ਵੀ ਕਿਹੜਾ ਮੁੱਦਾ ਇਸ ਵਾਰ ਚੱਕਿਆ ਨਹੀਂ ਗਿਆ ਜਿਹੜੇ ਆਪਾਂ ਵੋਟਰ ਕੂਲਰ ਦੇ ਸਾਡੇ ਪਾਣੀ ਪੁਣੀ ਨਹੀਂ ਆਉਂਦੇ ਹੁੰਦੇ ਦੇ ਅਤੇ ਜਦੋਂ ਆਪਾਂ ਜਿੰਨੇ ਵੀ ਸਾਡੇ ਸੀਨੀਅਰਸ ਨੇ HSA ਪਾਰਟੀ ਦੇ ਜਿੰਨੀ ਵੀ ਆਪਾਂ ਉਹਨਾਂ ਨੇ ਕੀਤੀ ਹੈ ਉਹਨਾਂ ਨੇ ਸਾਨੂੰ ਇਹ ਸ਼ਿਓਰਟੀ ਦਿੱਤੀ ਹੈ ਕਿ ਜੇ ਆਪਾਂ ਕਾਉਂਸਲ 'ਚ ਆਉਂਦੇ ਹਾਂ ਅਤੇ ਆਪਾਂ ਜਿਹੜੇ ਵੀ ਤੁਹਾਡੇ ਮੁੱਦੇ ਹੈਗੇ ਆਪਾਂ ਪੂਰੇ ਕੰਮ ਕਰਕੇ ਦੇਵਾਂਗੇ ਤਾਂ ਤਸਵੀਰਾਂ ਦੇਖ ਸਕਦੇ ਹੋ ਇਹ ਕਾਲਜ ਦੇ ਬਾਹਰ ਦੀਆਂ ਜਿੱਥੇ ਯੂਥ ਜਿਹੜੇ ਇਸ ਵਕਤ ਪੂਰਾ ਖੜ੍ਹਾ ਕੈਂਡੀਡੇਟ ਜਿਹੜੇ ਮੈਂਬਰਸ ਨੂੰ ਉਹ ਵੀ ਖੜ੍ਹੇ ਨੇ ਕਿਉਂਕਿ ਇਸ ਵਕਤ ਚੋਣਾਂ ਦਾ ਮੁੱਦਾ ਜਿਹੜਾ ਪੂਰਾ ਪੱਖਿਆ ਹੋਇਆ ਤਾਂ ਇੱਕ ਵਾਰ ਚਲੋ ਰੂਰਬਲ ਇਹ ਵੀ ਦੱਸ ਦਿਓ ਕਿਉਂਕਿ ਬਲੇਮ ਤਾਂ ਲਗਾਤਾਰ ਲੱਗ ਰਹੇ ਨੇ ਵੀ ਆਹ ਚੀਜ਼ ਇੱਥੇ ਆਹ ਗੱਲ ਹੋ ਰਹੀ ਹੈ ਤੁਸੀਂ ਵੀ ਕਹਿਤਾ ਵੀ ਗੱਲ ਮੁੱਦਿਆਂ ਦੀ ਨਹੀਂ ਹੋ ਰਹੀ ਤਾਂ ਮੇਨ ਉੱਥੇ ਆ ਜਾਂਦੀ ਹੈ ਵੀ ਮੁੱਦੇ ਫਿਰ ਕਿਹੜੇ ਕਿਹੜੇ ਰਹਿਣਗੇ ਕਿਉਂਕਿ ਹੁਣ ਇੱਕ ਇੱਕ ਕਰਕੇ ਮੁੱਦੇ ਦੱਸ ਦਿਓ ਕਿਹੜੇ ਕਿਹੜੇ ਮੁੱਦੇ ਰਹਿਣਗੇ ਬਾਤ ਪਹਿਲੇ ਜੈਸੇ ਬਾਤ ਹੋਈ ਨੈਟਵਰਕ ਇਸ਼ੂ ਕੀ ਕੋਈ ਐਸਾ ਮੁੱਦਾ ਨਹੀਂ
लगवाया था, उसकी कंप्लेंट हुई, प्रिंसिपल सर को रिजाइन देना पड़ा। अब की बार फिर बूस्टर के लिए आए थे, एयरटेल वाले बुलाए भी, सब सर्वे हुआ, लेकिन लास्ट में प्रिंसिपल मैम ने डिनाई कर दिया। और बात करते हैं भाई काम क्या करवाया है, अब ब्लेम लगाते हैं, आप काउंसिल में थे, आपने काम क्या क्या करवाए हैं? एम्बुलेंस हमने दिलवाई है सर, अगर यहाँ तीन पार्टीज खड़ी है और कोई क्लेम करता है कि हमने एम्बुलेंस दिलाई है तो उसका प्रूफ दें यहाँ पे, यहाँ सभी हैं। उसके बाद एनसीसी चेंजिंग रूम नहीं था जी, 2019 में पहली बार डिमांड उठाई थी, अब 2022 में हम काउंसिल में आए, उसके बाद स्ट्राइक करके एनसीसी चेंजिंग रूम बनवाया। वोटें मांगने हर कोई जाता है, सजेशन मांगने कोई कोई जाता है, सलाह मशवरा कैंपेन चला। इन्होंने देखो पहला तो आप यही गल करते हैं भी इन्होंने एम्बूलेंस की गल की, असी एक गल पूछनी चाहवांगे भी जी एम्बूलेंस जी कॉलेज आई है तो जी अपने DAV का जब तुम पोर्टल खोलोंगे उत्थे ये गल लिखी गई है भी SCA कैंडीडेट्स नू जी है जी एम्बूलेंस है वो प्रोवाइड की गई है, तो यह असी दसनी चाहवांगे कि पिछले साल जॉइंट सैकटरी साड़ी भी SCA दी मैंबर सी, तो उस तो बाद जिहड़े खट्टर साहब ने वो जी एम्बूलेंस की फंडिंग दे के गए हैं, तो असी सारे बच्चों यही दसना चाहवांगे भी तुम SOI फैमिली DAV 10 का पेज खोल के देखो, उत्थे स्पैशल एक एम्बूलेंस की पोस्ट पाई गई है, वो एक एक प्रूफ एक एक प्रोटेस्ट की जिहड़ियां वीडियो ते फोटोज पाई गई ने ताकि बच्चों असी दस सकी भी असी कि तरीक तो जिहड़े एम्बूलेंस का मुद्दा शुरू किया। पिछले साल जब साडे प्रधान साहब चोण मैदान उतरे से उन्हां दा भी सब तो बड़ा मुद्दा एम्बूलेंस का ही सीगा, तो जब थोड़े न्यूज़ चैनल वाले ने इंटरव्यू लीतियां तो सब तो पहली गल असी हेल्थ फैसिलिटी की की थी, तो सब तो पहला पॉइंट ही साडा जिहड़ा सीगा वो एम्बूलेंस का सीगा भी असी एम्बूलेंस कॉलेज दे विच प्रोवाइड करानी है, तो पिछले कई सालों तो जिहड़ी SOI पार्टी है वो एम्बूलेंस पिछे संघर्ष करती आ रही है, तो हुण जद वो एम्बूलेंस साडी एक काउंसल मैंबर सीगी ते बाकी पार्टी के 3 मैंबर सीगे वो टाइम दे विच जे एम्बूलेंस आ जांदी है तो आपां इह नहीं कह सकते भी एम्बूलेंस असी मंगवाई है, क्योंकि वह SCA नूं SCA कैंडीडेट्स नूं एम्बूलेंस आई है, तो साडे पुराने संघर्षां करके वो एम्बूलेंस का मुद्दा जिहड़ी उहदी आवाज़ उठी गई है, तो उस तो बाद DAV कॉलेज दे विच एम्बूलेंस प्रोवाइड की। मैं मानता जी ये दोनों पार्टी ब्लेम गेम खेल रही ने, एम्बूलेंस आ गई तो स्टूडेंट वेलफेयर लिए आई है कि वह एक सिंगल पार्टी वास्ते आई है कि सिर्फ मैं HSA के बंदे ही जाऊँगे या सिर्फ SOI के बंदे ही जाऊँगे कि उस आम स्टूडेंट लिए नहीं है, ठीक है वह सारे कॉलेज लिए आई है। अपना इस मुद्दे नू एक बहुत वड्डा मुद्दा बना दिए भी हाँ एम्बूलेंस लेके आए हैं यार, एक एमरजेंसी सीगी है, एक नीड सी कॉलेज में, ठीक नहीं बाकी वीरे मैं दसदा कॉलेज की एम्बूलेंस तो चलो आ गई पर एम्बूलेंस का ड्राइवर नहीं है। मैं थोनू दिखाना अज तो वन वीक पहला एक कुड़ी बेहोश होकर गिर गई सी, तो उसनू एम्बूलेंस ड्राइवर नहीं सी, पता नहीं आया ही नहीं, पता नहीं कितने है, देखो ये होंगे एमरजेंसी वास्ते चीज़ा, ठीक नहीं पर वह चीज़ा ना ही कदे आई है ना तो वह उन्होंने कदे बंदा आया एम्बूलेंस का ड्राइवर आया कदे। एक मिनट मैं तुम दिखाया आ देखो तो फिर आप मान के चलिए भी HSA SOI NSUI बिल लगातार मैं आप वीडियो दिखाऊंगा प्लीज़, मैं कहना कैमरामैन ओ करे आ कुड़ी है जी मैं नहीं कहना भी NSUI पार्टी का होके, मैं एक एज अ आम स्टूडेंट होके इस कुड़ी नू मेरा फर्ज बनता सी 16 हॉस्पिटल लेके जाना, मैं किसी पार्टी में यह नहीं करी भी हाँ यार मैं बहुत चंगा काम किया, ये मेरा फर्ज बनता सी, ते पर अपा जे अपने कॉलेज एम्बूलेंस हैगी है तो कितने है वो वरतों क्यों नहीं है, सिर्फ ब्लेम गेम ली नहीं आप है उरे भी हाँ असी ले आए हैं मुद्दों पर भी गल करिए अपना भी वो कम कितने आया और लॉजिक कितने अपना रहे हैं। अब अगर एम्बूलेंस की किसी भी स्टूडेंट का जरूरत है पहले मैं बता दूँ काउंसिल स्टूडेंट्स के लिए बनती है, किसी स्पेसिफिक पार्टी की नहीं बनती कि HSA की बनी थी, काउंसिल में आए थे हर स्टूडेंट का काम करवाया है। उसके बाद अगर एम्बुलेंस के ड्राइवर की ज़रूरत है किसी को कुछ भी होता है प्रिंसिपल मैम के PA अनूप सर वहाँ जाके एक बार आप बताओ ड्राइवर भी आएगा, ठीक है जी। रही बात दूसरी ये बोलते हैं वहाँ SCA लिखा है इनके अथॉरिटीज़ के साथ सेटिंग है जी, वहाँ हमने सोशल मीडिया पर उस पर जो DAV की ऑफिशियल साइट है वहाँ पर मैडम ने लिखा जी HSA किस पे है विद द एफर्ट्स ऑफ HSA, वो आधे घंटे बाद शाम को 8 बजे कैसे चेंज हो गया, पहला क्वेश्चन मेरा ये अथॉरिटीज से है। दूसरी बात ये बोलते हैं कि भाई हमारी जॉइंट सेक्रेटरी भी थी, पूरे साल तो जॉइंट सेक्रेटरी कहीं दिखी नहीं, अब एम्बुलेंस आ गई तो जॉइंट सेक्रेटरी आ गई। अब एक एग्जाम्पल के थ्रू मैं बताता हूँ, आज मैं एक एप्लीकेशन लिख के दे देता हूँ कि भाई रिकन्स्ट्रक्शन ऑफ बिल्डिंग वो आज नहीं 10 साल बाद तो खराब होएगी,
फिर तो बनेगी। मैं कह दूंगा मैंने 10 साल पहले मेमोरेंडम दिया था, अगर मेमोरेंडम से आती तो प्रिंसिपल मैडम खरीदती, इन्होंने मेमोरेंडम दिया, मैं अप्रिशिएट करते उसको चीज़ को कि ज़रूरत थी, स्टूडेंट्स को ज़रूरत भी थी, एम्बुलेंस का मुद्दा इन्होंने भी उठाया, हमने भी उठाया। लेकिन जब अथॉरिटीज़ ने, प्रिंसिपल ने ये बोल दिया कि हमारे पास फंड्स ही नहीं है, हम एम्बुलेंस कहाँ से लेके आए, उसके बाद कार्रवाई कराई, उसके बाद CM साहब बुलाए। अब एक चीज़ मैं पूछना चाहूँगा, CM साहब आपने बुलाए थे जी, आपकी जॉइंट सेक्रेटरी ने बुलाए थे? CM साहब जी DAV की अथॉरिटीज़ ने उन्होंने बुलाए थे साढ़े कारवा के एज आ चीफ गेस्ट, CM साहब आए थे। एक मिनट, अथॉरिटीज़ कार्ड देने कौन गया था वहाँ पे जी, ये पूछना चाहिए। अथॉरिटीज़ ने जिदी भी जिम्मेवारी लाई कार्ड्स देन दी, वो सानू नहीं पता भी उन्होंने की दी। असी तो यही जानते हैं भी DAV दी जिहड़े प्रिंसीपल ने उन्होंने बकायदा साइन हुई थी जब चीफ गेस्ट नू आपां CM साहब नू इनवाइट किया। अथॉरिटीज़ को कार्ड देने, कार्ड देने कौन गया था? मैं गया था जी सेक्टर 18। उसके बाद चेक कौन लेके आया CM ऑफिस से जी, वो पूछो जी जरा एक बार। 7.5 लाख रुपए हूँ, क्योंकि क्योंकि हूँ गरारी फंस रही है, एक गल कह सकते कि 7.5 लाख रुपए चेक था कॉलेज के नाम, कॉलेज के अंदर कौन लेके आया एक बार ये पूछो जी। किने वो चेक आके दिखाया भी असी लेके आए हैं, थोड़े कोल की प्रूफ है भी वो चेक तुसी लेके आए, तुसी हुण फॉल्स एलिगेशन, तुसी वो फॉल्स एलिगेशन, असी ते कह रहे कॉलेज नु डोनेट होया। एक सेकंड, मैं ये कहना भी ये मुद्दे उरी तक सीमित रह जाने हैं, असी कीता जेडे मेन मुद्दे हैं वो एदे पिछे पर्दे रह जाने हैं। आपां गल करदे हैं प्रॉपर वेंटिलेशनस दी कॉलेज दे विच। एक मिनट, आपां जदों क्लास च बैठने हैं तां इन्नी गर्मी लगदी बच्चियां नु कि उत्थे बच्चा तपदा है, ते ओ मुद्दियां दी गल नहीं हुंदी। पहला आपां एम्बुलेंस दी गल कर लिए फिर मुद्दे फिर नहीं 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 सर जरूरी है जी, आप एक भी प्रूफ दे दो कि भाई अथॉरिटीज ने कार्ड भेजा वहां पे, अथॉरिटीज चेक लेके आई, तो हम क्रेडिट नहीं लेंगे। आप क्रेडिट लेने आगे आप भी सभी यहां खड़े हैं, काउंसिल में प्रेसिडेंट, वाइस प्रेसिडेंट, जनरल सेक्रेटरी, जॉइंट सेक्रेटरी, 4 पोस्ट होती हैं। मेन पोस्ट होती है प्रेसिडेंट और जनरल सेक्रेटरी, उसके बाद आते हैं वाइस प्रेसिडेंट, फिर आते हैं जॉइंट सेक्रेटरी। जॉइंट सेक्रेटरी का योगदान 10% तक होता है। 10% में उन्होंने क्या किया है इनके जॉइंट सेक्रेटरी ने, कारवां हुई थी वहाँ स्टेज पे आगे, बस आज तक कोई मुद्दा नहीं उठाया। चारे काउंसिल मेंबरां दी इक्वल पावर होंदी है, कभी 10%। ਤੁਸੀਂ ਤਾਂ ਇਹ ਕਹਿਣਾ ਚਾਹ ਰਹੇ ਵੀ ਤੁਸੀਂ ਜਿਹੜੀ ਪਾਰਟੀਆਂ ਨਾਲ ਅਲਾਇੰਸ ਕਰਦੇ ਹੋ 10% ਕਰਕੇ ਕਰਦੇ ਹੋ, ਜਿਹੜੀ ਪਾਰਟੀਆਂ ਤੁਹਾਡੇ ਥੱਲੇ ਲੱਗਦੀਆਂ ਨੇ ਉਹ 10% ਕਰਕੇ ਕਰਦੀਆਂ ਨੇ ਵੀ ਅਸੀਂ ਉਹਨਾਂ ਨੂੰ 10% ਪਾਵਰ ਦੇ ਦਿੰਦੇ ਹਾਂ। ਅਸੀਂ ਅਲਾਇੰਸ ਵਾਲੀ ਪਾਰਟੀਆਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ ਜਿਹੜਾ ਇਹਨਾਂ ਦੇ ਥੱਲੇ ਲੱਗ ਕੇ ਅਲਾਇੰਸ ਕਰਦੇ ਹੋ ਤਾਂ ਤੁਸੀਂ 10% ਲਈ ਅਲਾਇੰਸ ਕਰਦੇ ਹੋ, ਇਹਨਾਂ ਨੇ ਆਪਣੇ ਮੂੰਹੋਂ ਕਿਹਾ ਵੀ 10% ਪਾਵਰ ਹੁੰਦੀ ਹੈ ਤਾਂ ਕਰਕੇ ਕਹਿ ਰਹੇ ਨੇ ਛੋਟੀਆਂ ਕਹੂੰਗਾ। ਇਹ ਜਿਹੜਾ ਸ਼ਬਦ ਹੈ ਵੀ ਥੱਲੇ ਲੱਗਣ ਵਾਲਾ, ਇਹ ਬਹੁਤ ਗਲਤ ਹੈ। ਇਹ ਕਹੀ ਨਾ ਇੱਕ ਅਲਾਇੰਸ ਹੁੰਦਾ ਹੈ, ਤੁਸੀਂ ਵੀ ਹਰੇਕ ਪਾਰਟੀ ਨੇ ਕਿਸੇ ਨਾਲ ਅਲਾਇੰਸ ਕੀਤਾ, ਅਸੀਂ ਅਲੋਨ ਲੜ ਰਹੇ ਨੇ, ਅਸੀਂ ਪੈਨ ਇੰਡੀਪੈਂਡੈਂਟ ਲੜ ਰਹੇ ਨੇ, ਪਰ ਮੈਂ ਕਹਿੰਦਾ ਫਿਰ ਵੀ ਇਹ ਸ਼ਬਦਾਵਲੀ ਗਲਤ ਹੈ ਕਿ ਥੱਲੇ ਲੱਗਣ ਦੀ ਗੱਲ ਬਾਤ। ਚਲੋ ਇਹ ਤਾਂ ਦੇਖੋ ਮੁੱਦਾ, ਕਿਉਂਕਿ ਕਿਉਂਕਿ ਮੁੱਦਾ ਹੀ ਭਖ ਰਿਹਾ, ਕਿਉਂਕਿ ਇਹ ਤੋਂ ਪਹਿਲਾਂ ਹਾਂ ਤਾਂ ਐਂਬੂਲੈਂਸ ਕੀ ਬਾਤ ਹੈ, ਆਪਣੇ ਮੁੱਦੇ ਉਠਾਏ, ਅੱਛੀ ਬਾਤ ਹੈ, ਲੇਕਿਨ ਫੇਕ ਕ੍ਰੈਡਿਟ ਲੈਣਾ ਇਹ ਕਹਾਂ ਤੱਕ ਸਹੀ ਹੈ? ਔਰ ਸੁਣੋ, ਅਥਾਰਟੀਜ਼ ਹਮੇਂ ਬੋਲਤੀ ਹੈ, ਹਮੇਂ ਪ੍ਰੋਮਿਸ ਵੀ ਕਿਹਾ ਗਿਆ ਥਾ ਕਿ ਭਾਈ ਆਪਕਾ ਨਾਮ ਐਂਬੂਲੈਂਸ ਕੇ ਉੱਪਰ ਲਿਖਵਾਏਂਗੇ, लेकिन अब अथॉरिटीज़ की मैं पहले बोलता हूँ, इनके साथ बातचीत है, उन्होंने बोला 6 तारीख के बाद लिखवाएंगे, 6 तारीख के बाद हर एक को प्रूफ मिल जाएगा वहाँ किसका है किसका नहीं है। वहाँ पहले HSA क्यों लिखा गया, फिर SCA क्यों हुआ? ऊपर से प्रेशर, पॉलिटिकल प्रेशर तक डलवाते हैं जी ये स्टूडेंट्स के ऊपर। इससे तो मैं फिर अथॉरिटीज़ गलती मानता है जे कोई ऐसी गल होती है, क्योंकि ये जी एम्बूलेंस सी अपा आधा घंटा हो गया एम्बूलेंस भाई बहस रहे ने, अद्धा घंटा हो गया तो उपर कोई मुद्दा नहीं आ रहा, ब्लेम गेम चल रही है, असी लिया है। चलो जेड़ा मर्जी लिया, एक कॉलेज नू उदी नीड सीगी, बिल्कुल थी उदी हेल्प के लिए, जो भी सीगा चाहे तुसी लिया है चाहे कोई लिया है, ABC कोई भी लिया। चलो चलो गल नू एथी गल करके एक लास्ट सवाल करांगे। प्रधान साहब भी आ गए, असी उन्हां तो एक लास्ट सवाल कहांगे भी, एक साडे प्रधान साहब तो लास्ट एक सवाल करदे आ। पहला हुण आखिर दे विच आपणे आपणे कैंडीडेट दा नाम ठीक है, ते की लगदा कल दे चोणां विच कौन जीतूगा कौन मारूगा बाजी? एक क्वेश्चन है पहले मेरा, ये हमको कहीं ना कहीं BJP से रिलेट करते हैं कि नहीं करते, पहले इनसे ये पूछो सर। ओ इन्हें तो करते हो जी, करते हैं जी, पूरी 101% BJP नाल पूरा रिलेट करते हैं, क्योंकि ये BJP दे कोल जांदे हैं, उन्होंने नाल इन्हां दे संबंध है, उत्थों पार्टी चलती है, तो करके असीं उन्हां नूं रिलेट करते हैं। इन्होंने खुद ABBP के साथ अलायंस किया हुआ है, अरे हमें BJP का बता रहे हैं। दूसरी एक मिनट बोले पहले बोल, अगर BJP तुमने ये बोला कि इन्होंने खट्टर बुलाया, ये तुमने क्लासेज में नहीं बोला। ਚਲੋ ਉਹ ਅੱਡ ਮੁੱਦੇ ਨੇ, ਮੇਨ ਅੱਜ ਦੇ ਮੁੱਦੇ ਦੀ ਗੱਲ ਕੀਤੀ ਹੈ, ਅੱਜ ਦੇ ਮੁੱਦੇ ਦੀ। ਮੈਂ ਮੰਨਦਾ ਇੱਕ ਮਿੰਟ ਅਸੀਂ ਪਾਰਟੀ ਨੂੰ ਨਹੀਂ, ਅਸੀਂ ਕਹਿੰਦੇ ਆਪ BJP ਸੇ ਕੈਸੇ ਲਿੰਕ ਕਰ ਰਹੇ ਹੋ ਸਰ, ਤੁਹਾਡੀ ਕਿਰਨ ਖੇਰ ਕੌਣ ਤੁਹਾਨੂੰ ਪਤਾ ਬਈ?
ਇੱਥੇ ਚੰਡੀਗੜ੍ਹ ਦੇ ਹੈੱਡ ਆ ਨਾ ਬੀਜੇਪੀ ਦੇ ਮੇਅਰ ਆਉਂਦੇ ਆ ਜੋ ਵੀ ਹੁੰਦੇ ਆ ਮੰਨ ਲਓ ਐਮ ਪੀ ਹੈਗੇ ਜੋ ਵੀ ਆ ਸਾਡੀ ਰੈਲੀ 'ਚ ਅੱਜ ਤੱਕ ਤੁਹਾਨੂੰ ਕੋਈ ਲੀਡਰ ਆਉਂਦਾ ਦਿਖਿਆ ਗਾ ਕੋਈ ਵੀ ਲੀਡਰ ਇੱਥੇ ਸੁਖਬੀਰ ਬਾਦਲ ਆਇਆ ਹੋਵੇ ਕਾਂਗਰਸ ਦਾ ਕੋਈ ਐਨ ਉਹਦੇ 'ਚ ਆਇਆ ਹੋਵੇ ਐਨ ਐਸ ਯੂ ਦਾ ਆਇਆ ਹੋਵੇ ਇਹਨਾਂ ਦੀ ਰੈਲੀਆਂ 'ਚ ਕਿਰਨ ਖੇਰ ਕਿਵੇਂ ਆਉਂਦੀ ਆ ਠੀਕ ਹੈ ਨਾ ਨਰਿੰਦਰ ਗੁੱਜਰ ਦਾ ਪਤਾ ਤੁਹਾਨੂੰ ਯਾਰ ਜਿਹੜਾ ਉਹ ਮੈਨੂੰ ਆਹ ਦਿਖਾਉਣਾ ਚਾਹੁੰਦੇ ਆ ਵੀ ਆਹ ਐਚ ਐਸ ਏ ਦੀ ਰੈਲੀ ਆ ਆਹ ਕਿਰਨ ਖੇਰ ਖਿੜਕੀ ਤੋਂ ਬਾਹਰ ਨਿਕਲੀ ਹੋਈ ਹੈ ਮੌਜੂਦਾ ਐਮ ਪੀ ਤੋਂ ਜੋ ਮਰਜ਼ੀ ਹੈ ਰੈਲੀ 'ਚ ਆਏਗੀ ਲਾਸਟ ਟਾਈਮ ਮੈਂ ਕਾਉਂਸਲ ਮੈਂ ਆਇਆ ਤਾਂ ਮੇਰੀ ਕੋਈ ਇੱਕ ਫੋਟੋ ਦਿਖਾ ਦਿਓ ਆਪ ਅਸੀਂ ਔਰ ਕੋਈ ਵੀ ਇੱਕ ਲਿੰਕ ਦਿਖਾ ਦਿਓ ਬੀਜੇਪੀ ਕੇ ਸਾਥ ਇਹ ਲਿੰਕ ਹੈ ਆਹ ਵੋਟ ਹੀ ਮਰ ਡਾਲਾਂ ਇਹਨਾਂ ਨੇ ਤਾਂ ਫੋਟੋ ਦਿਖਾ ਦਿਆ ਐਮ ਪੀ ਦੀ ਪ੍ਰੂਫ ਇਤੇ ਪ੍ਰੂਫ ਦਿਖਾਉਂਗਾ ਵੀਰੇ ਇਹ ਕਹਿੰਦੇ ਆ ਸਟੂਡੈਂਟ ਪਾਰਟੀ ਹੈ ਇਹਨਾਂ ਦੇ ਫਾਊਂਡਰ ਮੈਂਬਰ ਨਰਿੰਦਰ ਗੁੱਜਰ ਬੀਜੇਪੀ ਦੇ ਚੋਣਾਂ ਇਲੈਕਸ਼ਨ ਲੜ ਰਹੇ ਨੇ ਤੇ ਉਹ ਉਹਨਾਂ ਦੇ ਫਾਊਂਡਰ ਮੈਂਬਰ ਨੇ ਤੇ ਜਦੋਂ ਫਾਊਂਡਰ ਮੈਂਬਰ ਹੀ ਆ ਵੋਟੇ ਫਾਊਂਡਰ ਮੈਂਬਰ ਨਹੀਂ ਆ ਉਹ ਫਾਊਂਡਰ ਮੈਂਬਰ ਹੈ ਜਦੋਂ ਫਾਊਂਡਰ ਮੈਂਬਰ ਹੀ ਕਿਸੇ ਪਾਰਟੀ ਨਾਲ ਐਸੋਸੀਏਟਿਡ ਹੈ ਤਾਂ ਫਿਰ ਉਹ ਓਬਵੀਅਸਲੀ ਉਹ ਕਿਸੇ ਪਾਰਟੀ ਪੋਲੀਟੀਕਲ ਨਾਲ ਐਸੋਸੀਏਟ ਹੋ ਗਈ ਯਾਰ ਕੋਈ ਵੀ ਹੁਣ ਮੰਨ ਲਓ ਮੈਨੂੰ ਫਾਊਂਡਰ ਆਪਾਂ ਮੰਨ ਲਓ ਯਾਰ ਸੋਈ ਫਾਊਂਡ ਹੋਈ ਸੀਗੀ ਉਹਨੂੰ ਤਾਂ ਅਕਾਲੀਆਂ ਨਾਲ ਜੋੜਿਆ ਜਾਂਦਾ ਨਾ ਵੀ ਅਕਾਲੀਆਂ ਨੇ ਫਾਊਂਡ ਕੀਤੀ ਸੀ ਤਾਂ ਸਾਡਾ ਅਕਾਲੀਆਂ ਨਾਲ ਲਿੰਕ ਹੈ ਤੁਸੀਂ ਕਿਉਂ ਨਹੀਂ ਮੰਨਦੇ ਸਾਨੂੰ ਦਿੱਕਤ ਇਹ ਨਹੀਂ ਹੈਗੀ ਯਾਰ ਸਾਨੂੰ ਦਿੱਕਤ ਇਹ ਨਹੀਂ ਚਲੋ ਵਧੀਆ ਯਾਰ ਜਿਹੜਾ ਮੰਨ ਲਓ ਹੁਣ ਸਟੂਡੈਂਟ ਇਲੈਕਸ਼ਨ 'ਚ ਅੱਗੇ ਆਉਂਦਾ ਗਾ ਬੇਸਿਕਲੀ ਗੱਲ ਹੁੰਦੀ ਆ ਉਹਨੇ ਪੋਲੀਟਿਕਸ 'ਚ ਅੱਗੇ ਜਾਣਾ ਹੀ ਜਾਣਾ ਜੇ ਆਪਾਂ ਮੰਨ ਰਹੇ ਹਾਂ ਵੀ ਹਾਂ ਕਿਸੇ ਔਰਗਨਾਈਜੇਸ਼ਨ ਨਾਲ ਜੁੜੇ ਹੋਏ ਹਾਂ ਤਾਂ ਅੱਗੇ ਆ ਕੇ ਕਹਿਣ 'ਚ ਕੀ ਹਰਜ ਆਪਣਾ ਮੈਂ ਦਿਖਾਉਂਗਾ ਕੈਮਰੇ ਨੂੰ ਇਹ ਇੱਥੇ ਸਾਹਮਣੇ ਕਿਤੇ ਪ੍ਰੂਫ ਵੀ ਆਉਣ ਲੱਗ ਗਏ ਲੋਕਾਂ ਦੇ ਵਰਿੰਦਰ ਗੁੱਜਰ ਜੀ ਇਹ ਆ ਬੀਜੇਪੀ ਦਾ ਇਹਨਾਂ ਨੇ ਹੋ ਪਾਇਆ ਵਾ ਤੇ ਇਹਨਾਂ ਦੇ ਫਾਊਂਡਰ ਮੈਂਬਰ ਨੇ ਹਮ ਤਾਂ ਬਿਲਕੁਲ ਕਹਿ ਰਹੇ ਹਾਂ ਸਰ ਸਟੂਡੈਂਟ ਉਹਨਾਂ ਦੀ ਉਹ ਪ੍ਰੋਫੈਸ਼ਨਲ ਜਬ ਯੈਸ ਬੋਲ ਚਲੋ ਚਲੋ ਮੇਰੀ ਗੱਲ ਹੁਣ ਸਮਾਂ ਵੀ ਲੰਬਾ ਹੋ ਰਿਹਾ ਹੁਣ ਸਮਾਂ ਲੰਬਾ ਹੋ ਰਿਹਾ ਕਿਉਂਕਿ ਸਮਾਂ ਕਾਫੀ 15-20 ਮਿੰਟ ਹੋ ਚੁੱਕਿਆ ਚਲ ਲਾਸਟ ਵਿੱਚ ਜੋ ਵੀ ਬੋਲੋ ਲਾਸਟ ਵਿੱਚ ਆ ਇੱਕ ਗੈਂਗਸਟਰ ਗੈਂਗਸਟਰ ਕਹਿੰਦੇ ਆ ਬੇਸਿਕਲੀ ਤੁਹਾਨੂੰ ਸੁਣਨੇ ਚ ਆਇਆ ਗੈਂਗਸਟਰ ਵਾਲੀ ਗੱਲ ਆਈ ਹੈਗੀ 2 ਮਿੰਟ ਬੋਲਨੇ ਦੇ ਕੈਂਡੀਡੇਟ ਦੀ ਲੜਾਈ ਹੋਈ ਬਾਹਰ ਕੈਂਡੀਡੇਟ ਲੜਿਆ ਸਾਡੇ ਕੈਂਡੀਡੇਟ ਨੂੰ ਪ੍ਰੂਫ ਕਰ ਦੇਣਾ ਅੱਜ ਕਾਲਜ ਦੇ ਵਿੱਚ ਲੜਿਆ ਹੋਵੇ ਹੁਣ ਬਈ ਆਪਾਂ ਖੜੇ ਹਾਂ ਜੈਨੂੰ ਆਪਾਂ ਦੂਜੇ ਨੂੰ ਇੱਕ ਦੂਜੇ ਨੂੰ ਕੋਈ ਨਹੀਂ ਜਾਣਦਾ ਤੁਹਾਨੂੰ ਪਤਾ ਮੇਰਾ ਨਹੀਂ ਇੱਕ ਮਿੰਟ ਤੁਹਾਨੂੰ ਪਤਾ ਮੇਰਾ ਬੈਕਗ੍ਰਾਉਂਡ ਕੀ ਹੈ ਚਾਹੇ ਮੈਂ ਲਾਰੈਂਸ ਬਿਸ਼ਨੋਈ ਦਾ ਭਾਈ ਹੋਵਾਂ ਤੁਹਾਨੂੂੰ ਪਤਾ ਹੁਣ ਰੂਪਨ ਹੁਣ ਜੇ ਤੁਹਾਡੀ ਨਾ ਲਾਰੈਂਸ ਬਿਸ਼ਨੋਈ ਕਾ ਵੀ ਸੇ ਥ੍ਰੈਟ ਕਰ ਰਿਹਾ ਅਭੀ ਦਾ ਥ੍ਰੈਟ ਨਹੀਂ ਕਰ ਰਿਹਾ ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ ਵੀ ਕਿਵੇਂ ਜੋੜਦੇ ਆ ਦੇਖ ਲਵੇ ਜਿਵੇਂ ਮਰਜ਼ੀ ਹਾਂ ਅਕਾਲੀ ਦੇ ਵਿੱਚ ਆਪਾਂ ਮੈਂ ਦੋਨੋਂ ਪਾਰਟੀਆਂ ਨੂੰ ਕਹਿੰਦਾ ਆਪਾਂ ਗੈਂਗਸਟਰਵਾਦ ਨਾ ਲੈ ਕੇ ਆਈਏ ਠੀਕ ਹੈ ਇਹਨਾਂ ਦੇ ਕੈਂਡੀਡੇਟ ਬਾਹਰ ਲੜਦੇ ਫਿਰਦੇ ਆ ਬਾਹਰ ਜਵਾਕਾਂ ਨੂੰ ਇਕੱਲੇ ਨੂੰ ਕੁੱਟਦੇ ਆ ਘੇਰ ਕੇ ਚਲੋ ਚਲੋ ਅੰਦਰ ਹਾਕੀਆਂ ਲੈ ਕੇ ਸ਼ੌਰਿਆ ਭਵਨ ਦੇ ਬਾਹਰ ਖੜਦੇ ਆ ਉਹਨਾਂ ਦੀ ਬਕਾਇਦਾ ਵੀਡੀਓ ਕਾਲਜ ਦੇ ਵਿੱਚ ਹਾਕੀਆਂ ਕਿਤੇ ਲੈ ਕੇ ਜਾਂਦੇ ਮੈਂ ਸਿਰਫ ਇਹ ਜਿਹੜਾ ਲਾਰੈਂਸ ਦਾ ਨਾਂ ਦਿੱਤਾ ਮੈਂ ਇਹ ਦੱਸਣਾ ਚਾਹੁੰਦਾ ਵੀ ਜੇ ਆਪਾਂ ਦਾ ਜੋੜ ਰਹੇ ਹਾਂ ਨਾ ਨਾਮ ਤੁਹਾਡਾ ਕੱਲ ਨੂੰ ਆਪਣੀ ਫੋਟੋ ਪਾ ਦਿੰਦੇ ਵੀ ਇਹਦਾ ਲਾਰੈਂਸ ਨਾਲ ਬੈਕਗ੍ਰਾਉਂਡ ਆ ਤੁਹਾਨੂੰ ਪਤਾ ਸੀ ਮੇਰੇ ਨਾਲ ਕੌਣ ਸੀ ਉਹ ਬੱਚੇ ਦੀ ਜਿਹੜਾ ਬਬਲੂ ਆਇਆ ਵਾ ਸੀ ਬਾਇਕਾਦਾ ਉਹਦੇ ਭਤੀਜੇ ਦੀ ਐਡਮਿਸ਼ਨ ਹੋਈ ਵੀ ਆ ਜਸ਼ਨਪ੍ਰੀਤ ਸਿੰਘ ਨਾਮ ਹੈ ਬੀ ਏ ਫਸਟ 'ਚ ਉਹਦੀ ਐਡਮਿਸ਼ਨ ਹੈ ਜੇ ਆਈ ਡੀ ਕਾਰਡ ਵੀ ਪੇਸ਼ ਕਰਨਾ ਪਿਆ ਨਾ ਉਹ ਵੀ ਕਰ ਦਿੰਦੇ ਹਾਂ ਸਟੂਡੈਂਟ ਨੂੰ ਜੇ ਮੂਹਰੇ ਕਰਕੇ ਵੀਡੀਓ ਪਵਾਉਣੀ ਹੈ ਉਹ ਵੀ ਕਰ ਦਿੰਦੇ ਹਾਂ ਜੇ ਸਾਨੂੰ ਕੋਈ ਆ ਕੇ ਅਗਲੇ 'ਚ ਦਮ ਹੈ ਅਗਲਾ ਚਲੋ ਇੱਕ ਮਿੰਟ ਦੇਖੋ ਮੁੱਦਾ ਗਰਮ ਹੋ ਰਿਹਾ ਮੁੱਦਾ ਕਿਉਂਕਿ ਯੂਨੀਵਰਸਿਟੀ ਵਿੱਚ ਇਲੈਕਸ਼ਨ ਹੈ ਕੱਲ ਇਲੈਕਸ਼ਨ ਹੈ ਹੁਣ ਦੇਖੋ ਸਮਾਂ ਵੀ ਘੱਟ ਰਿਹਾ ਹੁਣ ਬਸ ਹੁਣ ਆਖਿਰ 'ਚ ਇੱਕ ਗੱਲ ਅਸੀਂ ਪੁੱਛਾਂਗੇ ਵੀ ਇਸ ਵਾਰ ਇਲੈਕਸ਼ਨਾਂ ਦੇ ਵਿੱਚ ਕੀ ਲੱਗ ਰਿਹਾ ਹੁਣ ਪਹਿਲਾਂ ਆਪਣੇ ਪਾਰਟੀ ਮੈਂਬਰ ਦੇ ਨਾਮ ਦੱਸੋ ਉਸ ਤੋਂ ਬਾਅਦ ਰੂਬਲ ਹੁਣ ਪਾਰਟੀ ਮੈਂਬਰ ਨਾਲ ਦੱਸੋ ਕਰਨਾ ਕੀ ਹੈ ਕਲੈਰਿਟੀ ਹੋ ਗਈ ਜੀ ਨਰਿੰਦਰ ਗੁੱਜਰ ਜੋ ਇਹਨਾਂ ਨੇ ਬੋਲਿਆ ਮਾਰੇ ਫਾਊਂਡਰ ਮੈਂਬਰ ਬਿਲਕੁਲ ਬੀਜੇਪੀ ਕੇ ਸਾਥ ਅਬ ਕਨੈਕਟਿਡ ਹੈ ਸ਼ਾਇਦ ਇਲੈਕਸ਼ਨ ਵੀ ਲੜਿਆ ਕੇ ਅਬ ਮੈਂ ਆਪਕੋ ਬਤਾ ਦੇਣਾ ਚਾਹਤਾ ਹੂੰ ਮੈਂ ਸਟੂਡੈਂਟ ਵੈਲਫੇਅਰ ਕੇ ਲਈ ਕਾਮ ਕਰ ਰਹਾ ਹੂੰ ਸਟੂਡੈਂਟ ਐਕਟਿਵਿਸਟ ਹੂੰ ਏਕ ਮੈਂ 2-3 ਸਾਲ ਹਮਾਰਾ ਮੇਨ ਮੁੱਦਾ ਯਹੀ ਹੈ ਕਿ ਭਾਈ ਕਿਸੀ ਵੀ ਪੋਲੀਟੀਕਲ ਪਾਰਟੀਜ਼ ਕੀ ਆਈਡੀਓਲੋਜੀ ਜੋ ਹੈ ਉਹ ਸਟੂਡੈਂਟਸ ਕੇ ਉੱਪਰ ਨਹੀਂ ਥੋਪੀ ਜਾਣੀ ਚਾਹੀਏ ਅਭੀ ਤਾਂ ਮੈਂ ਵੀ ਕਿਸੇ ਕੇ ਸਾਥ ਨਹੀਂ ਹੂੰ ਔਰ ਕੱਲ ਕੋ ਮੇਰਾ ਕੋਈ ਮੇਰਾ ਇੰਟਰਸਟ ਬਣਤਾ ਹੈ ਪੋਲੀਟੀਕਲ ਪਾਰਟੀਜ਼ ਮੈਂ ਜਾਣੇਗਾ ਮੈਂ ਅੱਜ ਸੇ 3-4 ਸਾਲ ਬਾਅਦ 10 ਸਾਲ ਬਾਅਦ ਮੈਂ ਅਭੀ ਕਹੀਂ ਨਾ ਕਹੀਂ ਸੇ ਇਲੈਕਸ਼ਨ ਲੜੂੰਗਾ ਅਬ ਉਨਕਾ ਕਿਆ ਲਿੰਕ ਹੈ ਤੋ ਸੁਣੋ ਓਏ ਹੋਵੇ ਸੋਈ ਨੇ ਕਿਹਾ ਹੋਵੇ ਵੀ ਜਿਹੜੇ ਵੀ ਇੱਥੇ ਪਾਰਟੀ ਮੈਂਬਰਸ ਖੜੇ ਨੇ ਹੁਣ ਉਹਨਾਂ ਪੁੱਛਾਂਗੇ ਵੀ ਕੱਲ ਚੋਣਾਂ ਵਿੱਚ ਕੀ ਕੁਝ ਉਹਨਾਂ ਦਾ ਕੋਡ ਨੇ ਪੈਨਲ ਕੋਡ ਕੀ ਹੈ ਹੁਣ ਇਹ ਦੱਸ ਦਿਓ ਪਹਿਲਾਂ ਐਨਐਸਯੂ ਤੁਹਾਡਾ ਕਿਆ ਪੈਨਲ ਕੋਡ ਹੈ ਕਿਹੜੇ ਕਿਹੜੇ ਕੈਂਡੀਡੇਟ ਨੇ ਐਨਐਸਯੂ ਤੋਂ ਅਸੀਂ ਸਿੰਗਲ ਪਾਰਟੀ ਲੜ ਰਹੇ ਨੇ ਵਿਦਆਊਟ ਐਨੀ ਅਲਾਇੰਸ ਇੱਕ ਇਕੱਲੀ ਪਾਰਟੀ ਲੜ ਰਹੀ ਹੈ ਪੈਨਲ ਕੋਡ ਹੈ 2 ਗੁਰਪ੍ਰਿੰਦ ਸਿੰਘ ਫਰੋਮ ਐਨਐਸਯੂ ਆਈ ਪਲੀਜ਼ ਆਪਣੀ ਵੋਟਾਂ ਪਾਇਓ ਜਿਤਾਇਓ ਇੱਕ ਅੱਛਾ ਕੈਂਡੀਡੇਟ ਹੈ ਐਚਐਸਏ ਕਾ ਪਿਛਲੇ ਕਾਫੀ ਸਾਲੋਂ ਸੇ ਇੱਕ ਹੀ ਅਲਾਇੰਸ ਚਲਾ ਆ ਰਿਹਾ ਸਟੂਡੈਂਟ ਪਾਰਟੀਜ਼ ਕਾ
HSA, HPSU प्लस IMSU तीनों स्टूडेंट्स पार्टी हैं जो साथ में कोलैबोरेट करके हर बार इलेक्शन लड़ती हैं। पीछे सारे कांग्रेस बेस और रख दे, अभी तो बीजेपी बोल रहे थे इनकी क्या आइडियोलॉजी है यार। चलो 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 पैनल सलाह साहब एक बारी पैनल को बात से रुक जा। पैनल को भाई ये बोलने देंगे या नहीं? ये तो मेरी आवाज को नहीं उठने दे रहे, स्टूडेंट्स की आवाज को क्या उठने दे रहे? पैनल को रुको, हले गंदी सियासत दस दे भी असि खेड़ने हैं। बैठा था जी बाज चलो प्रेजिडेंट के लिए कैंडिडेट साहिल है, वाइस प्रेजिडेंट के लिए कार्तिके है, जनरल के लिए लक्ष्य है और ज्वाइंट सेक्रेटरी के लिए केतन है। तीनों कैंडिडेट कॉलेज के हैं। और एक और चीज आप जरूर देखना, जो बंदा तीन साल हॉस्टल में नहीं रहा बीए के, एमए में आते ही हॉस्टल में कैसे आ गया? आप ऐसे कैंडिडेट को वोट देना पसंद करोगे कि नहीं? हुण एसओई दे गलां दे, एसओई दा पैनल कोड की है ते कैंडिडेट कौन कौन थे की लग रहा? ना ना हुण सिंपल आखिर जो यही सवाल है, साडा पैनल कोड है 3112 ठीक है। प्रेजिडेंट दी पोस्ट ते जशनप्रीत सिंह इलेक्शन लड़ रहे हैं, वाइस ते हरपाल सिंह, जनरल ते अपने गौरव वर्मा ने, ते जॉइंट ते प्रथम ठीक है ना। जिमें कि इन्होंने कहा भी तीन साल हो गए भी उन्होंने होस्टल नहीं लिया, तो हुण होस्टल ले लिया। बेसिकली ये लेने का मुद्दा साडा ए सी, जदों भी आपां जिहड़ा स्टूडेंट है ना प्रिंसीपल मैडम कोले जांदा, जे होस्टल नहीं हुंदा प्रिंसीपल मैडम ये कह के कह दिंदे, तोर दिंदे हुंदे वापस भी तुसीं होस्टल च रहिंदे नहीं, तुहानूं प्रॉब्लम्स दा नहीं पता। ये चीज़ तां इन्हां दे दो कैंडीडेट होस्टल च रहे, होस्टल दी रोटियां दी फोटोआं दिखावां ना, विचों थैलियां दे ओह निकलदे आ, जिहड़ी रोटी हुंदी आ अपने आटे दी ओह ऐं करे तो टुट जांदी आ, इहो जिहे स्टूडेंट रोटी खांदे आ। जे आलू मटर बणदे आ एवें दा कुछ वी बणदा, आलू साफ ते पाए हुंदे आ, बाथरूमां दे दरवाजे टुटे हुए टूटियां, वह है की काम कराए यार, जिन्हां दे बेसिक अपनी नेसेसिटीज नहीं पूरियां हो रही, होर की करांगे। मेन मुद्दे दी गल, मेन मुद्दे दी गल हो गई, तो पिछे तुसीं देख सकदे हो यह यूनिवर्सिटी के जिहड़े स्टूडेंट्स ने इस वक्त इत्थे खड़े ने। माहौल जिहड़ा माहौल जिहड़ा पूरा बन चुका है, क्योंकि कल इलैक्शन ने चोणा दा मुद्दा जिहड़ा इस वक्त भरिया होया। अड्ड अड्ड जिहड़े पार्टी कैंडिडेट मैंबरस ने ਉਹ ਹੁਣ ਆਪਣੇ ਮੁੱਦੇ ਵੀ ਗਿਣਾ ਚੁੱਕੇ ਨੇ, ਇੱਥੇ ਪੂਰੀ ਤਰ੍ਹਾਂ ਡਿਬੇਟ ਵੀ ਹੋ ਚੁੱਕੀ ਵੀ ਕਿਹਨਾਂ ਮੁੱਦਿਆਂ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਵੋਟ ਲੜਨਗੇ। ਤਾਂ ਇਹ ਕੋਲੇ ਦੇ ਬਾਹਰ ਦੀ ਤਸਵੀਰ ਜਿੱਥੇ ਯੂਥ ਜਿਹੜੀ ਹੈ ਪੂਰੀ ਵੱਡੀ ਮਾਤਰਾ 'ਚ ਖੜੀ ਹੋ ਚੁੱਕੀ ਹੈ। ਚੰਡੀਗੜ੍ਹ ਤੋਂ ਅਭਿਸ਼ੇਕ ਮਹਿੰਦੀ, ਰਿਪੋਰਟ ਪੰਜਾਬ ਤੱਕ।